ਹੱਥਾਂ ਦੇ ਵਿੱਚ ਤੇਜ਼ਧਾਰ ਹਥਿਆਰ ਲੈ ਕੇ ਇੱਕ ਸਟੋਰ ਦੇ ਵਿੱਚ ਦਾਖਲ ਹੋਏ ਇਹ ਬਦਮਾਸ਼, ਜਿਨ੍ਹਾਂ ਨੇ ਦੁਕਾਨਦਾਰ ਅਤੇ ਉਸਦੇ ਕਰਿੰਦੇ ਤੇ ਹਮਲਾ ਕੀਤਾ, ਲਹੂ ਲੁਹਾਨ ਕਰ ਦਿੱਤੇ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸ਼ਟਰਿੰਗ ਸਟੋਰ ਤੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਧਾਵਾ ਬੋਲਿਆ ਗਿਆ ਔਰ ਦੁਕਾਨ ਤੇ ਕੰਮ ਕਰਦੇ ਇੱਕ ਕਰਿੰਦੇ ਤੇ ਦੁਕਾਨਦਾਰ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਪਟਿਆਲਾ ਦੇ ਪਿੰਡ ਦਿੱਤੂਪੁਰ ਦਾ ਇਹ ਪੂਰਾ ਮਾਮਲਾ ਹੈ, ਜਿੱਥੇ ਸ਼ਟਰਿੰਗ ਸਟੋਰ ਦੇ ਵਿੱਚ 5 ਤੋਂ 6 ਬਦਮਾਸ਼ ਵੜੇ। ਮੂੰਹ ਇਹਨਾਂ ਦੇ ਢੱਕੇ ਹੋਏ ਸੀ, ਹੱਥਾਂ ਦੇ ਵਿੱਚ ਦਾਤਰ ਸੀ, ਜਿਨ੍ਹਾਂ ਦੇ ਵੱਲੋਂ ਇੱਕ ਕਰਿੰਦੇ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਆਪਣੀ ਜਾਨ ਬਚਾ ਕੇ ਇਹ ਕਰਿੰਦਾ ਭੱਜਦਾ ਹੋਇਆ ਨਜ਼ਰ ਆਇਆ ਹੈ। ਪਟਿਆਲਾ ਦੇ ਪਿੰਡ ਦਿੱਤੂਪੁਰ ਦਾ ਇਹ ਪੂਰਾ ਮਾਮਲਾ ਹੈ। ਮਸਲਾ ਹੋਈ ਕੁਛ ਨਹੀਂ ਸੀ, ਬਸ ਅਸੀਂ ਦੁਕਾਨ 'ਚ ਆਪਦਾ ਸਮਾਨ ਲਵਾਉਂਦੇ ਪਏ ਸੀ, ਲਗਾਉਂਦੇ ਸੀ, ਬੰਦੇ ਕਸਟਮਰ ਆਏ ਹੋਏ ਸੀ, ਸਾਨੂੰ ਕੁਛ ਨਹੀਂ ਪਤਾ ਲੱਗਿਆ ਹੈਗਾ। ਮੁੰਡੇ ਆਏ, ਉਹਨਾਂ ਕੋਲ ਕਿਰਪਾਨਾਂ ਸੀ, ਸਾਡੇ ਆ ਕੇ ਮਾਰਨ ਲੱਗ ਗਏ। ਅਸੀਂ ਬਥੇਰਾ ਪੁੱਛਿਆ ਵੀ ਤੁਸੀਂ ਕੌਣ, ਉਹਨਾਂ ਨੇ ਕੁਛ ਨਹੀਂ ਪੁੱਛਿਆ, ਮਾਰਨ ਦੇ ਸਿਲਸਿਲੇ 'ਚ ਆਏ ਸੀ। ਮੈਂ ਉੱਥੋਂ ਬੜਾ ਔਖਾ ਜਾਣ ਛੜਾ ਕੇ ਭੱਜਿਆ, ਭੱਜ ਕੇ ਜਾ ਕੇ ਮੇਰੇ ਮਗਰ ਵੀ ਭੱਜੇ ਨੇ, ਮੇਰੇ ਕਿਰਪਾਨਾਂ ਸਿਰ 'ਤੇ ਮਾਰੀਆਂ ਨੇ, ਇੱਥੇ ਹੱਥਾਂ ਉੱਥਾਂ 'ਤੇ ਸਭ ਕਿਤੇ ਮਾਰੀਆਂ ਹੋਈਆਂ ਨੇ। ਮੈਂ ਭੱਜ ਕੇ ਜਦੋਂ ਉੱਥੇ ਜਾ ਕੇ ਬਹੁਤ ਔਖੀ ਜਾਨ ਬਚਾਈ ਆ। ਨਾਲ ਕੋਈ ਹੋਰ ਵੀ ਸੀ ਤੁਹਾਡੇ ਨਾਲ? ਉੱਥੇ ਮੁੰਡੇ ਹੋਰ ਵੀ ਸੀ, 2-3 ਦੇ ਹੋਰ ਦੇ ਵੀ ਮਾਰ ਕੇ ਗਏ ਨੇ, ਜਿਹੜਾ ਉਹਨਾਂ ਨੂੰ ਜਾਂਦਾ ਸੀ ਹਰੇਕ 'ਤੇ ਮਾਰਦੇ ਸੀ। ਕੋਈ ਪੁਰਾਣਾ ਲੜਾਈ ਝਗੜਾ ਹੋਵੇ ਤੁਹਾਡਾ? ਕੋਈ ਲੜਾਈ ਝਗੜਾ ਤਾਂ ਵੈਸੇ ਕੋਈ ਨਹੀਂ ਹੈਗਾ, ਸਾਰੇ ਠੀਕ ਸੀ। ਕੋਈ ਹੋਰ ਲੈਣ ਦੇਣ ਦਾ ਕੋਈ ਤੁਹਾਡਾ ਮਸਲਾ ਹੋਵੇ? ਕਿਸੇ ਨਾਲ ਲੈਣ ਦੇਣ ਨਹੀਂ ਸੀ। ਸਿਰ 'ਚ ਵੀ ਸੱਟ ਲੱਗੀ ਹੈ? ਸਿਰ 'ਚ ਬਹੁਤ ਜ਼ਿਆਦਾ ਸੱਟ ਵੱਜੀ ਆ। ਟਾਂਕੇ ਵੀ ਲੱਗੇ? ਟਾਂਕੇ ਵੀ ਲੱਗੇ ਹੋਏ ਨੇ। ਤੁਸੀਂ ਕੋਈ ਪੁਲਿਸ ਕੰਪਲੇਂਟ ਕਰਤੀ? ਪੁਲਿਸ ਕੰਪਲੇਂਟ ਕਰਤੀ। ਕੀ ਮੰਗ ਕੀ ਕਰਦੇ ਹੋ? ਮੰਗ ਪ੍ਰਸ਼ਾਸਨ ਤੋਂ ਸਹੀ ਮੰਗ ਕਰਦੇ ਹਾਂ। ਅਸੀਂ ਆਪਦੀ ਦੁਕਾਨ 'ਚ ਕੰਮ ਕਰ ਰਹੇ ਸੀ, ਅਣਪਛਾਤੇ ਵਿਅਕਤੀ ਆਏ ਅਤੇ ਸਾਡੇ ਕੋਲ ਉੱਥੇ ਜਿਹੜੇ ਮਤਲਬ ਸਮਾਨ ਲੈਣ ਵਾਲੇ ਬੰਦੇ ਵੀ ਸੀ, ਉੱਥੇ ਅਣਪਛਾਤੇ ਵਿਅਕਤੀ ਨੇ ਤੇਜ਼ ਤਾਰ ਹਥਿਆਰਾਂ ਨਾਲ ਬਿਨਾਂ ਕੁਛ ਪੁੱਛੇ ਤੋਂ ਸਾਡੇ 'ਤੇ ਹਮਲਾ ਕਰਤਾ, ਜਾਨੋਂ ਮਾਰਨ ਦੇ ਮਕਸਦ ਨਾਲ ਆਏ। ਬਹੁਤ ਔਖੀ ਭੱਜ ਕੇ ਉੱਥੋਂ ਆਪਦੀ ਜਾਨ ਬਚਾਈ ਹੈ, ਮਾਰਨ ਦੇ ਮਕਸਦ ਨਾਲ ਆਏ ਸੀ। ਉਹਨਾਂ ਨੇ ਕੁਛ ਨਹੀਂ ਪੁੱਛਿਆ, ਸਿਰਫ਼ ਸਾਡੇ 'ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਤਾ। ਕੋਈ ਪਛਾਣ ਵਿੱਚ ਆਇਆ ਉਹਨਾਂ 'ਚੋਂ? ਵੀਰੇ ਪਛਾਣ ਨਹੀਂ, ਪਰ ਸਾਡੀ ਦੁਕਾਨ 'ਤੇ CCTV ਕੈਮਰੇ ਲੱਗੇ ਸੀ, ਫੋਟੋ 'ਚ ਅਸੀਂ ਸਾਰੀਆਂ ਵਾਇਰਲ ਕਰਤੀਆਂ, ਉਹ ਸਭ ਕੁਛ ਦੇ ਚੁੱਕੇ ਹਾਂ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਸਾਡੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ। ਪ੍ਰਸ਼ਾਸਨ ਲੱਗਿਆ ਵੀ ਹੋਇਆ, ਪਰ ਅਸੀਂ ਛੇਤੀ ਤੋਂ ਛੇਤੀ ਕਾਰਵਾਈ ਦੀ ਮੰਗ ਕਰ। ਕਿੰਨੇ ਕੁ ਵਜੇ ਦਾ ਇਹ ਘਟਨਾ ਸੀਗੀ? ਤਕਰੀਬਨ ਦੁਪਹਿਰੇ 2:15 ਵਜੇ, ਦਿਨ ਦੇ ਦੁਪਹਿਰੇ 'ਚ ਕੰਮ ਹੋਇਆ। ਦੇਖੋ ਕਿੰਨੀ ਸ਼ਰਮਸ਼ਾਰ ਕਰ ਦੇਣ ਵਾਲੀ ਘਟਨਾ ਹੈ। ਕੋਈ ਪੁਰਾਣਾ ਕੋਈ ਲੜਾਈ ਝਗੜਾ? ਕਿਸੇ ਨਾਲ ਵੀਰ ਜੀ, ਕਿਸੇ ਨਾਲ ਕੋਈ ਸਾਡਾ ਕੋਈ ਲੈਣ ਦੇਣ ਦਾ ਕੋਈ ਪੁਰਾਣਾ ਝਗੜਾ ਨਹੀਂ ਸੀ। ਅਸੀਂ ਆਪਦਾ ਕੰਮ ਕਰਦੇ ਹਾਂ, ਮਿਹਨਤ ਕਰਦੇ ਹਾਂ, ਕੋਈ ਅਸੀਂ ਕਿਸੇ ਨਾਲ ਕੋਈ ਝਗੜੇ ਦਾ ਸਾਡਾ ਕੋਈ ਹੈ ਨਹੀਂ ਸੀ। ਦੁਕਾਨ ਮਾਲਕ ਤੋਂ ਬਿਨਾਂ ਕੋਈ ਹੋਰ ਵੀ ਮੁੰਡਾ ਉੱਥੇ ਸੀਗਾ ਕੋਈ ਜਿਹਦੇ ਸੱਟਾਂ ਲੱਗੀਆਂ? ਵੀਰ ਜੀ, ਸਾਡਾ ਇੱਕ ਮਤਲਬ ਦੋਸਤ ਸਾਡੇ ਨਾਲ ਕੰਮ ਕਰਦਾ, ਉਹ ਵੀ ਉੱਥੇ ਸੀ, ਉਹਦੇ ਵੀ ਕਾਫੀ ਜ਼ਿਆਦਾ ਸੱਟਾਂ ਵੱਜੀਆਂ। ਮੇਰਾ ਬ੍ਰਦਰ ਆ, ਇਹਦੇ ਵੀ ਸਿਰ 'ਚ ਵੀ ਮਾਰੀਆਂ ਉਹਨਾਂ ਨੇ, ਉਹਨਾਂ ਕੋਲ ਉਹ ਲੋਹੇ ਦੇ ਕਾਪੇ ਕਿਰਪਾਨਾਂ ਵਰਗੀ ਸੀ, ਉਹਨਾਂ ਨਾਲ ਹਮਲੇ ਕੀਤੇ ਨੇ ਅਤੇ ਸਿਰ 'ਚ ਮਾਰੀਆਂ ਨੇ, ਬਾਹਾਂ 'ਤੇ ਮਾਰੀਆਂ ਨੇ। ਇਹ ਤਾਂ ਮਤਲਬ ਕਿਸਮਤ ਚੰਗੀ ਸੀ, ਭੱਜ ਕੇ ਬਚੀਆਂ, ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਮਾਰਨ। ਕੋਈ ਸਿਰ 'ਤੇ ਗੁੱਜੀ ਸੱਟ, ਕੋਈ ਟਾਂਕੇ ਵੀ ਲੱਗੇ? ਟਾਂਕੇ ਲੱਗੇ ਹੋਏ ਨੇ ਸਿਰ 'ਚ, ਹੁਣ CT ਸਕੈਨ ਕਰਵਾਇਆ, ਦੇਖਦੇ ਹਾਂ ਅੱਗੇ ਹੁਣ ਕੀ ਆਉਂਦਾ।